ਉੱਠ ਪਏ ਉੱਠ ਪਏ ਉੱਠ ਪਏ ਉੱਠ ਪਏ ਮੁੰਡੇ ਉੱਠ ਪਏ ਮਾਰ ਲਈਆਂ ਹਿੰਮਤਾਂ ਉੱਠ ਪਏ ਬਾਈ ਉੱਠ ਪਏ ਉੱਠ ਪਏ ਬਾਈ ਉੱਠ ਪਏ ਉੱਠ ਪਏ ਉੱਠ ਪਏ ਹਾਂ ਬਾਈ ਏ ਆਓ ਵੇ ਹਾ ਕੀ ਆਉਂਦਾ ਏ ਹੈਂ ਨਵੇਂ ਗਾਈ ਖੋਲਦੇ ਆ ਬੱਲੇ 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 ਐ ਵੀ ਬਾਈ ਰਾਤ ਕੀ ਹੋਇਆ ਸੀ ਉਹ ਤਾਰਾਂ ਵਾਲੀ ਗੱਲ ਦੱਸੇਗਾ ਤਾਰਾਂ ਜੁੜ ਗਈਆਂ ਇੰਨਾ ਜਾਲ ਬਣਿਆ ਪਿਆ ਯਾਰ ਤੂੰ ਟ੍ਰੈਕਟਰ ਹੋ ਗਿਆ ਸਟਾਰਟ ਸੀਟੀਆਂ ਮਾਰੇ ਟ੍ਰੈਕਟਰ ਹਨਾ ਨਹੀਂ ਮੈਂ ਦੱਸਦਾ ਮੈਂ ਤੈਨੂੰ ਕੀ ਹੋਇਆ ਕੀ ਸੀਗਾ ਮੈਂ ਸਿੱਧਾ ਪਿਆ ਸੁਪੜੇ ਦੇ ਵਿੱਚ ਤਾਰਾਂ ਜੁੜੀ ਜਾਵਾਂ 2 ਵਜੇ ਨੂੰ ਸਰਾਣੇ ਲਿਆ ਕੇ ਕਿਸੇ ਨੇ ਟ੍ਰੈਕਟਰ ਦੀਆਂ ਰੇਸਾਂ ਮਰਾ ਦੀਆਂ ਮੈਂ ਮੈਨੂੰ ਕਿਹਾ ਮੈਂ ਕਿਹਾ ਯਾਰ ਮੈਂ ਤਾਂ ਸੁਪਨੇ 'ਚ ਤਾਰਾਂ ਜਿਹੀਆਂ ਜੁੜੀ ਜਾਂਦਾ ਸੀ ਮੈਨੂੰ ਲੱਗਾ ਕਿਤੇ ਸਟਾਰਟ ਹੋ ਗਿਆ ਮੈਂ ਬੁੜਕ ਕੇ ਵੱਜਿਆ ਇਹ ਕਹਿੰਦਾ ਇੰਨਾ ਤਾਂ ਜਾਲ ਵਾਲਿਆ ਵਾ ਹੋਣਾ ਹੀ ਸੀ ਹੋਣਾ ਹੀ ਸੀ ਜਦੋਂ ਤੁਰੇ ਆ ਅਸੀਂ ਕਦੇ ਮੈਂ ਗੋਲੀ ਵਾਲਾ ਪਤਾ ਤਾਂ ਤੂੰ ਜਮਾ ਨਹੀਂ ਪਾਉਂਦਾ ਨਾ ਮੈਂ ਮੱਛੀ ਵਾਲੀਆਂ ਟੋਫੀਆਂ ਕਮਾਉਣੀਆਂ ਹੈ
ਇਹਨੇ ਧੱਕਾ ਮਾਰਿਆ ਚੜ ਲੱਗਾ ਭਜਾਉਂਦੇ ਵੀ ਬਾਹਲਾ ਯਾਰ ਭਜਾਉਂਦੇ ਬੋਬੀ ਨੇ ਵੀ ਸਾਰਿਆਂ ਨੇ ਪੈਸੇ ਚੱਕ ਲਏ ਬਾਈ ਚੱਲੇ ਚਾਚਾ ਰਾਹ ਦੱਸਦੇ ਇਹਨਾਂ ਨੂੰ ਇੱਥੋਂ ਕਿਹੜੀ ਬੱਸ ਚੜ੍ਹਨਾ ਵਾ ਇੱਥੋਂ ਚੜ੍ਹ ਜਾਓ ਚੰਡੀਗੜ੍ਹ ਵਾਲੀ ਆਧਾਰ ਕਾਰਡ ਦਿਖਾ ਦਿਓ ਚੁੰਨੀ ਲੈ ਕੇ ਇਹ ਗਲਾਈ ਜਾ ਬਾ ਗਲਾਈ ਚ ਲੱਗਿਆ ਉਹ ਇੱਥੇ ਛੋ ਤੇ ਨੀ ਨਾ ਲਾਉਣਾ ਉਹ ਮੂਹਰੇ ਛੋ ਤੇ ਜਮਾ ਸੈੱਟ ਆਉਂਦਾ ਫਿਰ ਜਮਾ ਮੂਹਰਲਾ ਪੀਸ ਜਿਹੜਾ ਸਾਰੇ ਮੁੰਡੇ ਨਾਲੇ ਬਾਈ ਯਾਰ ਤੂੰ ਕਾਹਤੋਂ ਨੀ ਨਹਾਤਾ ਰਾਜਵੀਰ ਬਾਈ ਇਹ ਕਹਿੰਦਾ ਆਨੰਦਪੁਰ ਸਾਹਿਬ ਜਾ ਕੇ ਨਹਾਉਂਦਾ ਬਾਈ ਤੂੰ ਨਾਲਿਆ ਬਾਈ ਓਕੇ ਜਮਾ ਓਕੇ ਜਮਾ ਸੈਂਟਰ ਦੇ ਵਿੱਚ ਲਾਇਆ ਆਪਣੇ ਬੰਨੀ ਨੂੰ ਮੂੰਹ ਕਰਕੇ ਮਾੜਾ ਮੋਟਾ ਤਾਂ ਰਹਿਣਾ ਹੀ ਹੈ ਹੈਲਮੇਟ ਵਾਸਤੇ ਬਣਿਆ ਨਾ ਫਰੈਸ਼ ਹੋ ਗਏ ਗੂਗਲ ਮੈਪ ਹੀ ਆ ਹੈਪੀ ਦਾ ਫਿਰ ਫੇਰ ਨੀ ਛੋਟਾ ਕਰਨਾ ਟਰੈਕਟਰ ਪਾਲਿਆ ਕਰ ਮਿੱਟੀ ਨਾ ਭਰ ਕੇ ਤੁਸੀਂ ਮਿੱਟੀ ਨਾ
ਪੀਣਕ ਲੱਗੀ ਵੀ ਆ ਮਤਲਬ ਮਿੱਤਰੋ ਚੱਲੇ ਆ ਅਸੀਂ ਨਾਲ ਸਾਡੇ ਜੱਗਾ ਵੀਰ ਕਮੇਟੀ ਵਾਲਾ ਮੱਥਾ ਟੇਕਣ ਦਰਸ਼ਨ ਕਰਨ ਤੁਹਾਨੂੰ ਵੀ ਕਰਾ ਦਾਂਗੇ ਤੇ ਜ਼ਿੰਮੇਵਾਰੀ ਕਿੰਨੀ ਆ ਯਾਰ ਇੱਕ ਆਹ ਪੂਰਾ ਕੇ ਜਵਾਕ ਆ ਚੱਲ ਆਹ ਤਾਂ ਜੰਮੇ ਨੀ ਹਜੇ ਦੋ ਆ ਫਿਰ ਮਾੜੀ ਜੀ ਜ਼ਿੰਮੇਵਾਰੀ ਮੇਰੇ ਸਿਰ ਤੇ ਜੱਗੇ ਦੀ ਵੀ ਹੈਗੀ ਆ ਇਹ ਜਵਾਕਾਂ ਵਾਲਾ ਬੰਦਾ ਵਾ ਇਹ ਜਵਾਕਾਂ ਤੇ ਮੱਥਾ ਟੇਕਦੇ ਆ ਜਾ ਕੇ ਫਿਰ ਜਾ ਬੜਾ ਦੁਖਣ ਲੱਗ ਗਿਆ ਸੀ ਲੱਕੀ ਹੋਰਾਂ ਨੇ ਨਾ ਸਾਨੂੰ ਸ਼ਰਧਾ ਹੀ ਪਿਆਤੀ ਪਤਾ ਨੀ ਵਿੱਚ ਕੀ ਕੁਛ ਸੀ ਹੁਣ ਉੱਠਿਆ ਮਾੜਾ ਜਿਹਾ ਬੜਾ ਕੁਛ ਨੀ ਹੋਇਆ ਕੁਛ ਵੀ ਨੀ ਸਹਿਰੀ ਨੂੰ ਹੋਲਾ ਜਾਣਾ ਗੁਰੂ ਕਾ ਲੰਗਰ ਚੱਲੇ ਜੀ ਇੱਥੇ ਨਾਣਾ ਦਾ ਮੁੰਡੇ ਚੱਲਦੇ ਹੁੰਦੇ ਨਾ ਮੁੰਡੇ ਨਹੀਂ ਹੁੰਦੇ ਸਾਡੇ ਨਾਣ ਹੁੰਦੇ ਇੱਥੇ ਉਹ ਜਾ ਯਾਰ ਤੁਰਦੇ ਤਾਂ ਆਏ ਆ ਤੇ ਮੈਂ ਗਰਾਰੀ ਬਦਲੀ ਹੁੰਦੀ ਆ ਲੰਗਰ ਵੇਖ ਕੇ ਦੇਖੋ ਦੇਖੋ ਇਹ ਇਹ ਆ ਕਹਿੰਦੇ ਮੁੰਡੇ ਮਾਸੀਆਂ ਦੇ ਪਿਆਰ ਮੁੰਡਾ ਮਾਸੀ ਦਾ ਚਲਾਉਂਦਾ ਵੈਲਡ ਨੀ ਇੱਕ ਇੱਕ ਸਪਲੈਂਡਰ ਚਲਾਉਂਦਾ ਉਹ ਦੇਖ ਮੁਸ਼ਕਰੀ ਆ ਤੂੰ ਚੈਨ ਕੁੱਪੀ ਬਾਈ ਇਹਦਾ ਨਾਂ ਚੈਨ ਕੁੱਪੀ ਆ ਮਿੱਤਰੋ ਅੱਜ ਵਲੋਗ ਦੇ ਵਿੱਚ ਦੱਸ ਰਹੇ ਆ ਅਜੇ ਬੋਲਿਆ ਨੀ ਕਹੋ ਲੱਸੀ ਦਾ ਬਾਟਾ ਛਕ ਕੇ ਮੈਂ ਖਵਾ ਖਵਾ ਕੇ ਇੰਜਣ ਸੈੱਟ ਅਜਿਹਾ ਮਿੱਤਰੋ ਮੈਂ ਕਹਿੰਦਾ ਸੰਗਤਾਂ ਵੀਰੇ ਆਈ ਜਾਂਦੀਆਂ ਬਹੁਤ ਘੱਟ ਆ ਹਜੇ ਹਨਾ ਅੱਧ ਵੀ ਨੀਗਾ ਸੰਗਤ ਦਾ ਪੂਲੇ ਮਹੱਲੇ ਵਾਲੇ ਦਿਨ ਤੁਹਾਨੂੰ ਮਾੜਾ ਜਿਹਾ ਤੁਹਾਨੂੰ ਨਾ ਝਾਤੀ ਦਿਖਾਊਂਗਾ ਸਾਰੇ ਪਾਸੇ ਨਿਗਾਹ ਮਾਰ ਲਓ ਟਰੈਕਟਰ ਆਉਣ ਵਾਲੇ ਤੇ ਜਾਣ ਹੈਪੀ ਦਾ ਬਈ ਕਹਿੰਦੇ ਇਸ਼ਨਾਨ ਕਰਨ ਲੱਗ ਗਿਆ ਇਕੱਲਾ ਹੀ ਲੱਗ ਗਿਆ ਠੀਕ ਹੈ ਯਾਰ ਇਕੱਲਾ ਹੀ ਇਸ਼ਨਾਨ ਕਰੀ ਜਾਂਦਾ ਬਟ ਇਕੱਲਾ ਹੀ ਸਾਨੂੰ ਨਹੀਂ ਆਉਂਦਾ ਇਹ ਨਾਲ ਕਰਲਾ ਫਿਰ ਅਸੀਂ ਵੀ ਕਰਦੇ ਠੀਕ ਹੈ ਕਰਲਾ ਸਾਰੇ ਰਲ ਮਿਲ ਕੇ ਇੱਕ ਥਾਂ ਤੇ ਕਰਾਉਣ ਲੱਗੇ ਸਮੁੰਦਰਾਂ ਨੇ ਮੈਂ ਬਾਪੂ ਕੋਲ ਅਰਦਾਸ ਕਰਾਂਗਾ ਮਹਾਰਾਜ ਤੇਰੇ ਤੇ ਸੰਤ ਜਨ ਹੋਣੀ ਖੇਡਦੇ ਨੇ ਹੋਲਾ ਮਹੱਲਾ ਖੇਡਦੇ ਨੇ ਸੰਤ ਦੇ ਕੰਨਾਂ ਤੇ ਮੁੰਦਰਾਂ ਨਹੀਂ ਮੈਨੂੰ ਨਹੀਂ ਚਾਹੀਦਾ ਬੋਲੇ ਸੋ ਨਿਹਾ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮੈਂ ਤਾਂ 15-15 ਜਣੀਆਂ ਹੁਣ ਲੱਤਾਂ ਜਵਾਬ ਦੇ ਜਾਂਦੀਆਂ ਆ ਬੋਵੀ ਬੈਠਾ ਮੌਸਮ ਬਹੁਤ ਸੋਹਣਾ ਮਿੱਤਰੋ ਲਾਲਚ
ਉਹ ਖੜਾ ਸਾਡਾ ਇੱਕ ਮੁੰਡਾ, ਗੱਲ ਕੀ ਹੋਈ ਕੋਈ ਦੱਸੂਗਾ? ਅਰਮੀ ਜੀ ਬੋਲੋ ਕੁਛ ਬਾਹਰ ਦਾ ਖਾਣਾ ਇਹ ਵੀ ਕੀ ਬੋਲਿਆ ਸੀ ਨਹੀਂ ਬੱਸ ਦਾ ਚਲਾ ਦਾਂਗੇ ਤੇਰਾ ਔਰ ਹੀ ਫਲੇਵਰ ਨਹੀਂ ਕਿਹੜਾ ਆ ਜਾਓ ਭਰਾ ਜੀ ਆ ਜਾਓ ਵੀਰ ਜੀ ਜਾਣੇ ਵਾਲੇ ਤੇਰਾ ਧਿਆਨ ਕਿੱਧਰ ਹੈ ਜੂਸ ਕੀ ਰੇਹੜੀ ਇੱਧਰ ਹੈ ਅਸਮਾਨ ਚੋਂ ਨਿਕਲੇ ਚੰਨ ਤੇ ਨਾਲੇ ਨਿਕਲੇ ਤਾਰੇ ਜਿੰਨੇ ਸਾਡਾ ਪੀਤਾ ਜੂਸ ਉਹਨੂੰ ਆ ਗਏ ਨਜ਼ਾਰੇ 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 ਬਾਈ 80-80 ਰੁਪਏ ਆਉਣਗੇ ਹੁਣ ਦੋ ਦੋ ਜਾਣੇ ਟੋਲੀਆਂ ਬਣਾ ਲਓ ਜਿਵੇਂ ਇਹਨੇ ਤੇ ਜੱਗੇ ਨੇ ਬਣਾਈ ਸੀ ਨੂਰ ਤੇ ਹੈਵੀ ਨੂਰ ਤੇ ਹੈਵੀ ਚਲੋ ਬਾਈ ਹਾਂ ਵੇਖੀ ਲੈ ਬੇਲ ਖਾਣੀ ਆ ਬਾਈ ਆਹ ਮਿੱਤਰੋ ਨੂਰ ਗੋਲਡ ਸਮਿਥ ਉਹ ਕਰਨ ਗੋਲਡ ਸਮਿਥ ਤੇ ਕੁਲਫੀਆਂ ਖਾਂਦੇ ਰਹੇ ਹੱਥੀ ਫੜਿਆ ਜਾਣਦੇ ਤਾਂ ਪੁੱਤ ਕਿਵੇਂ ਨੀ ਗਏ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਇਹ ਹੁਣ ਇਹਨਾਂ ਨੂੰ ਕੁਲਫੀਆਂ ਖਵਾ ਰਹੀਆਂ ਇਹਨਾਂ ਦੀ ਵਾਰੀ ਆ ਕਿ 80 ਤੂੰ ਪਾਉਣੇ 80 ਤੂੰ ਪਾਉਣੇ 160 ਰੁਪਏ ਅੱਠਾਂ ਜਾਣਿਆਂ ਨੂੰ ਚੀਜ਼ ਲੈ ਕੇ ਦੇਣੀ ਆ ਨਹੀਂ ਬਾਈ ਨਹੀਂ ਨਹੀਂ ਬਾਈ ਬਾਈ ਮੇਰੀ ਤਾਂ ਹੈ ਹੀ ਨੀ ਇੱਥੇ ਆ ਦੋਨਾਂ ਨੇ ਡਿਊਟੀ ਨਿਭਾਤੀ ਮੈਂ ਕੱਲੇ ਨੇ ਡਿਊਟੀ ਨਿਭਾਈ ਆ ਕੱਲੇ ਨੇ ਬੇਲ ਖਵਾ ਦੋ ਬਾਈ ਯਾਰ ਇੰਨੀਆਂ ਮਿਹਨਤਾਂ ਕੌਣ ਕਢਾਉਂਦਾ ਹੁੰਦਾ ਯਾਰ ਹਾਂ ਗੋਲ ਗੱਪੇ ਖੂਨ ਪੀਂਦਾ ਖੂਨ ਦੋਵਾਂ ਨੇ 100-100 ਬਾਈ 100 40 ਰੁਪਏ ਹੈਵੀ ਵੱਲੋਂ ਵੱਧ ਓ ਸੋਰੀ 20 ਹੈਵੀ ਵੱਲੋਂ 20 ਨੂਰ ਵੱਲੋਂ ਬਾਈ ਕਿੰਨਾ ਪਿਆਰਾ ਲੋ ਵੀਰੋ ਹੁਣ ਇਹ ਨਾ ਨਰਾਜ਼ ਖੋਜਾ ਖੋਜਾ ਬਾਈ ਖੋਜਾ ਜਾ ਆ ਨਾ ਲੈ ਕਿੰਨੇ ਦੀ ਪਈ ਤੈਨੂੰ 100 ਰੁਪਏ ਦੀ ਪਈ ਨਾ 100 ਦੀ ਮਹਿੰਗੀ ਹੈ ਯਾਰ 100 ਦੀ ਇਹਨੂੰ ਪੈਣੀ ਆ ਸਾਨੂੰ ਫ੍ਰੀ ਆ ਬਈ ਸਨੈਕਰ ਦੀ ਖਾਦੀ ਆ ਸਰ ਦੇ ਸੁਦੇਸ਼ ਬਿਤਾ ਦੋ ਬੰਦੇ ਗਏ ਆ ਸਾਡੇ ਬਾਕੀ ਸਾਰੇ ਬੈਠੇ ਆ ਬੋਵੀ ਵੀ ਗਿਆ ਤਿੰਨ ਗਏ ਆ ਹੈਵੀ ਬੋਵੀ ਠੀਕ ਆ ਤੇ ਨੂਰ ਸਾਲ ਰੋਟੀ ਰੋਟੀ ਵਾਲੀ ਗੈਂਗ ਆਪਣੇ ਮਤਲਬ ਆ ਰਿਹਾ ਤੇ ਬਾਬੇ ਨੇ ਹੁਣੇ ਮੈਕ ਚ ਕੀ ਕਿਹਾ ਵਾ ਆ ਜਾਓ ਮਟਰ ਪਨੀਰ ਨਾ ਛਕ ਲਓ ਇਹ ਕਹਿੰਦਾ ਮੈਨੂੰ ਬੜੀਆਂ ਨਾ ਖਵਾ ਦੀਆਂ ਪਿੰਡ ਕਹਿੰਦਾ ਪਹਿਲਾਂ ਨੀ ਦੱਸਿਆ ਇੱਧਰ ਬੋਵੀ ਸਾਡਾ ਸ਼ਰਟ ਲੈਣ ਗਿਆ ਵਾ ਮੈਨੂੰ ਲੈ ਕੇ ਦੇਣੀ ਆ ਮੈਨੂੰ ਧੋਣ ਚ ਖਾਊਗਾ ਦੁਕਾਨਦਾਰ
ਜੱਕੇ ਬਾਈ 20 ਰੁਪਏ ਮੈਂ ਲਾ ਦੇ ਹੁਣ ਤੁਹਾਡੀ ਵਾਰੀ ਆ ਉਹਨੇ ਕਮਾ ਦੇ ਓਏ ਆ ਜਾ ਭਰਾਵਾ ਆ ਜਾ ਪਿਛਲਾ ਡਰਾਈਵਰ ਚੰਗਾ ਨੀ ਧੂੜਾ ਪੁੱਟੀ ਆਇਆ ਨਾ ਬੜਾ ਹੌਲੀ ਆ ਹੌਲੀ ਭਾਈ ਬੜੀ ਆ ਭਾਈ ਰੇਸ ਕੱਟ ਕਰ ਲਾ ਹਾਂ ਛਪੰਜਾ ਵੀ ਆ ਮੁੰਡਾ ਇਹ ਚੱਲ ਚੱਲ ਚਿਖੇ ਦੇ ਬਸ ਬਸ ਟਰਬੋ ਲੀਕ ਨਾ ਕਰਾ ਲਈ ਥੋੜੇ ਜਿਹੇ ਤਾਂ ਚਿੱਟੇ ਮਾਰਦੀ ਆ